ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੱਜ ਅਸੀਂ 11ਵੀਂ ਕਲਾਸ ਦੀ ਪੰਜਾਬੀ ਦੀ ਪੁਸਤਕ ਵਿੱਚ ਦਰਜ ਦੰਤ ਕਥਾਵਾਂ ਵਿੱਚੋਂ ਕਥਾ ਪੂਰਨ ਭਗਤ ਦੇ ਪ੍ਰਸ਼ਨ ਉੱਤਰ ਤੇ ਵਸਤੂनिष्ठ ਪ੍ਰਸ਼ਨ ਕਰਾਂਗੀ ਰਾਜੇ ਸਲਵਾਨ ਨੇ ਆਪਣੇ ਪੁੱਤਰ ਪੂਰਨ ਨੂੰ ਭੋਰੇ ਵਿੱਚ ਰੱਖਣ ਦਾ ਹੁਕਮ ਕਿਉਂ ਦਿੱਤਾ ਉੱਤਰ ਪੂਰਨ ਦੇ ਜਨਮ ਸਮੇਂ ਜੋਤਿਸ਼ੀਆਂ ਨੇ ਰਾਜੇ ਸਲਵਾਨ ਨੂੰ ਵਹਿਮ ਪਾ ਦਿੱਤਾ ਕਿ 12 ਵਰਿਆਂ ਤੀਕ ਉਸ ਲਈ ਪੁੱਤਰ ਦਾ ਮੂੰਹ ਦੇਖਣਾ ਅਸ਼ੁਭ ਹੋਵੇਗਾ ਇਸ ਕਰਕੇ ਰਾਜੇ ਨੇ ਪੂਰਨ ਨੂੰ 12 ਵਰਿਆਂ ਤਾਈਂ ਭੋਰੇ ਵਿੱਚ ਪਾਉਣ ਦਾ ਹੁਕਮ ਦੇ ਦਿੱਤਾ ਨੈਕਸਟ ਕੁਐਸਚਨ ਲੂਨਾ ਨੇ ਪੂਰਨ ਉੱਤੇ ਝੂਠੀ ਤੌਮਤ ਕਿਉਂ ਲਾਈ ਉੱਤਰ ਲੂਨਾ ਨੇ ਪੂਰਨ ਉੱਤੇ ਤੌਮਤ ਇਸ ਕਰਕੇ ਲਾਈ ਸੀ ਕਿਉਂਕਿ ਜਦੋਂ ਪੂਰਨ ਨੇ ਉਸ ਦੀ ਇੱਛਾ ਅਨਸਾਰ ਉਸ ਨਾਲ ਪੁੱਤਰ ਦੀ ਥਾਂ ਪ੍ਰੇਮੀ ਵਾਲਾ ਰਿਸ਼ਤਾ ਕਾਇਮ ਕਰਨਾ ਮਨਜ਼ੂਰ ਨਾ ਕੀਤਾ ਤਾਂ ਉਸ ਵਿੱਚ ਬਦਲੇ ਦੀ ਭਾਵਨਾ ਜਾਗ ਪਈ ਸੀ ਉਹ ਝੂਠੀ ਤੌਮਤ ਲਾ ਕੇ ਪੂਰਨ ਨੂੰ ਆਪਣਾ ਹੁਕਮਨਾ ਮੰਨਣ ਦੀ ਸਜ਼ਾ ਦੇਣੀ ਚਾਹੁੰਦੀ ਸੀ ਨੈਕਸਟ ਕੁਐਸਚਨ ਪੂਰਨ ਭਗਤ ਗੋਰਖਨਾਥ ਦੇ ਸੰਪਰਕ ਵਿੱਚ ਕਿਵੇਂ ਆਇਆ ਉੱਤਰ ਗੋਰਖਨਾਥ ਦੀ ਟੋਲੀ ਉਸ ਖੂ ਕੋਲੋ ਲੰਗੀ ਜਿਸ ਵਿੱਚ ਪੂਰਨ ਨੂੰ ਹੱਥ ਪੈਰ ਵੱਢ ਕੇ ਸੁਟਿਆ ਹੋਇਆ ਸੀ ਖੂਹ ਵਿੱਚੋਂ ਹਾਏ ਹਾਏ ਦੀ ਆਵਾਜ਼ ਸੁਣ ਕੇ ਗੁਰੂ ਗੋਰਖਨਾਥ ਨੇ ਉਸ ਦੀ ਹੱਡ ਦਿੱਤੀ ਸੁਣ ਕੇ ਉਸ ਨੂੰ ਖੂਹ ਵਿੱਚੋਂ ਕੱਢਿਆ ਇਸ ਤਰ੍ਹਾਂ ਪੂਰਨ ਭਗਤ ਗੋਰਖਨਾਥ ਦੇ ਸੰਪਰਕ ਵਿੱਚ ਆਇਆ ਨੈਕਸਟ ਕੁਐਸਚਨ ਸੁੰਦਰਾ ਕੌਣ ਸੀ ਉਸ ਦਾ ਪੂਰਨ ਨਾਲ ਸੰਪਰਕ ਕਿਵੇਂ ਹੋਇਆ ਉੱਤਰ ਸੁੰਦਰਾ ਰਾਣੀ ਸੀ ਜਦੋਂ ਪੂਰਨ ਉਸਦੇ ਮਹਿਲਾ ਵਿੱਚ ਪਿਖਿਆ ਮੰਗਣ ਗਿਆ ਤਾਂ ਉਹ ਮਹਿਲਾ ਉੱਪਰੋਂ ਉਸਦੀ ਸੂਰਤ ਦੇਖ ਕੇ ਮੋਹਿਤ ਹੋ ਗਈ ਸੀ ਉਸ ਨੇ ਉਸ ਨੂੰ ਪਿਖਿਆ ਦੇਣ ਲਈ ਮੋਤੀਆਂ ਦਾ ਭਰਿਆ ਥਾਲ ਉਸ ਦੀ ਝੋਲੀ ਵਿੱਚ ਪਾਇਆ ਇਸ ਤਰ੍ਹਾਂ ਪੂਰਨ ਦਾ ਸੁੰਦਰਾ ਨਾਲ ਸੰਪਰਕ ਹੋਇਆ ਇਸ ਤਰ੍ਹਾਂ ਉਹ ਗੁਰੂ ਗੋਰਖ ਤੋਂ ਉਸ ਨੂੰ ਆਪਣੇ ਮਹਿਲਾਂ ਵਿੱਚ ਲਿਉਣ ਲਈ ਕਾਮਯਾਬ ਹੋ ਗਈ ਅਗਲਾ ਕੁਐਸਚਨ ਲੂਨਾ ਨੇ ਆਪਣੇ ਗੁਨਾਹ ਦਾ ਇਕਬਾਲ ਕਦੋਂ ਤੇ ਕਿਵੇਂ ਕੀਤਾ ਉੱਤਰ ਜਦੋਂ ਲੂਨਾ ਪੁੱਤਰ ਨਾ ਹੋਣ ਕਰਕੇ ਨਿਰਾਸ਼ ਹੋਈ ਰਾਜੇ ਸਲਵਾਨ ਨਾਲ ਪੁੱਤਰ ਪ੍ਰਾਪਤੀ ਲਈ ਪੂਰਨ ਭਗਤ ਕੋਲ ਪੁੱਜੀ ਤਾਂ ਪੂਰਨ ਨੇ ਰਾਜੇ ਨੂੰ ਕਿਹਾ ਕਿ ਉਸਦੇ ਇੱਕ ਪੁੱਤਰ ਪਹਿਲਾਂ ਵੀ ਸੀ ਤੇ ਉਹ ਦੁਬਾਰਾ ਪੁੱਤਰ ਮੰਗਣ ਲਈ ਕਿਉਂ ਆਏ ਹਨ ਪਹਿਲਾਂ ਤਾਂ ਉਹ ਮੁਕਰ ਗਏ ਪਰ ਮਗਰੋਂ ਲੂਨਾ ਨੇ ਆਪਣੇ ਸਾਰੇ ਗੁਨਾਹ ਦਾ ਇਕਬਾਲ ਕਰਕੇ ਪਛਤਾਵੇ ਦਾ ਪ੍ਰਗਟਾਵਾ ਕੀਤਾ ਅਗਲਾ ਕੁਐਸਚਨ ਪੂਰਨ ਭਗਤ ਨੇ ਰਾਜੇ ਸਲਮਾਨ ਵੱਲੋਂ ਰਾਜ ਭਾਗ ਦੇਣ ਦੀ ਪੇਸ਼ਕਸ਼ ਪਰਵਾਨ ਕਿਉਂ ਨਾ ਕੀਤੀ ਉੱਤਰ ਪੂਰਨ ਜੋਗੀ ਹੋਣ ਕਰਕੇ ਤਿਆਗੀ ਸੀ ਤੇ ਉਸ ਦਾ ਮਾਇਆ ਨਾਲ ਮੋਹ ਨਹੀਂ ਸੀ ਇਸ ਕਰਕੇ ਉਸ ਨੇ ਰਾਜੇ ਸਲਮਾਨ ਵੱਲੋਂ ਰਾਜ ਭਾਗ ਦੀ ਪੇਸ਼ਕਸ਼ ਪਰਵਾਨ ਨਾ ਕੀਤੀ ਅੱਗੇ ਬੱਚਿਓ ਵਸਤੂ ਨਿਸ਼ਟ ਪ੍ਰੇਸ਼ਨ ਫਸਟ ਕੁਐਸਚਨ ਪੂਰਨ ਭਗਤ ਰਾਜਾ ਰਸਾਲੂ ਦੁੱਲਾ ਭੱਟੀ ਕਿਸ ਪ੍ਰਕਾਰ ਦੀ ਰਚਨਾ ਹੈ ਉੱਤਰ ਦੰਤ ਕਥਾ ਨੈਕਸਟ ਕੁਐਸਚਨ ਪੂਰਨ ਭਗਤ ਦੇ ਪਿਤਾ ਦਾ ਨਾਂ ਕੀ ਸੀ ਉੱਤਰ ਰਾਜਾ ਸਲਵਾਨ ਸਲਵਾਨ ਕਿੱਥੋਂ ਦਾ ਰਾਜਾ ਸੀ ਉੱਤਰ ਸਿਆਲਕੋਟ ਦਾ ਅਗਲਾ ਕੁਐਸਚਨ ਸਲਵਾਨ ਦੀਆਂ ਕਿੰਨੀਆਂ ਰਾਣੀਆਂ ਸਨ ਉੱਤਰ 2 ਨੈਕਸਟ ਕੁਐਸਚਨ ਸਲਵਾਨ ਦੀਆਂ ਦੋਹਾਂ ਰਾਣੀਆਂ ਦੇ ਨਾਂ ਲਿਖੋ ਉੱਤਰ ਇਚਰਾ ਤੇ ਲੂਨਾ ਅਗਲਾ ਕੁਐਸਚਨ ਪੂਰਨ ਪਗਤ ਦੀ ਮਾਂ ਦਾ ਨਾਂ ਕੀ ਸੀ ਉੱਤਰ ਇਛਰਾ ਨੈਕਸਟ ਕੁਐਸਚਨ ਬੇਟਾ ਪੂਰਨ ਪਗਤ ਦੀ ਮਤਰੀ ਮਾਂ ਦਾ ਨਾਂ ਕੀ ਸੀ ਉੱਤਰ ਲੂਨਾ ਪੂਰਨ ਨੂੰ ਕਿੰਨੇ ਸਾਲਾਂ ਲਈ ਭੋਰੇ ਵਿੱਚ ਪਾਇਆ ਗਿਆ ਉੱਤਰ 12 ਸਾਲਾਂ ਲਈ ਅਗਲਾ ਕੁਐਸਚਨ ਲੂਨਾ ਕੀ ਦੇਖ ਕੇ 당ਗ ਰਹਿ ਗਈ 당ਗ ਰਹਿ ਗਈ ਮਤਲਬ ਬੇਟਾ ਹੈਰਾਨ ਰਹਿ ਗਏ ਉੱਤਰ ਪੂਰਨ ਦੀ ਸੁੰਦਰਤਾ ਦੇਖ ਕੇ ਅਗਲਾ ਕੁਐਸਚਨ ਲੂਨਾ ਪੂਰਨ ਨੂੰ ਕਿਸ ਰੂਪ ਵਿੱਚ ਦੇਖਣ ਲੱਗੇ ਉੱਤਰ ਪ੍ਰੇਮੀ ਦੇ ਰੂਪ ਵਿੱਚ ਨੈਕਸਟ ਕੁਐਸਚਨ ਪੂਰਨ ਦੁਆਰਾ ਲੂਨਾ ਦੀ ਇੱਛਾ ਠੁਕਰਾਉਣ ਮਗਰੋਂ ਉਹ ਪੂਰਨ ਵਿਰੁੱਧ ਕਿਸ ਭਾਵਨਾ ਨਾਲ ਭਰ ਗਈ ਉੱਤਰ ਬਦਲੇ ਕੋਰੀ ਦੀ ਅਗਲਾ ਕੁਐਸਚਨ ਰਾਣੀ ਦੁਆਰਾ ਪੂਰਨ ਵਿਰੁੱਧ ਲਈ ਤੌਮਤ ਨੂੰ ਸੁਨ ਰਾਜੇ ਨੇ ਜਲਾਦਾ ਨੂੰ ਪੂਰਨ ਨੂੰ ਮਾਰ ਕੇ ਕਿੱਥੇ ਸੁੱਟਣ ਦਾ ਹੁਕਮ ਦਿੱਤਾ ਉੱਤਰ ਖੂਵ ਵਿੱਚ ਨੈਕਸਟ ਕੁਐਸਚਨ ਜਲਾਦਾ ਨੇ ਪੂਰਨ ਨੂੰ ਖੂਹ ਵਿੱਚ ਕਿਸ ਤਰ੍ਹਾਂ ਸੁੱਟਿਆ ਉੱਤਰ ਹੱਥ ਪੈਰ ਕੱਟ ਕੇ ਅਗਲਾ ਕੁਐਸਚਨ ਪੂਰਨ ਭਗਤ ਨੂੰ ਮੁੜ ਕੇ ਕਿਸ ਨੇ 9 ਵਰਨੋ ਕੀਤਾ ਉੱਤਰ ਜੋਗੀ ਗੋਰਖਨਾਥ ਨੇ ਨੈਕਸਟ ਕੁਐਸਚਨ ਜੋਗੀ ਗੋਰਖਨਾਥ ਨੇ ਪੂਰਨ ਨੂੰ ਖੂਹ ਵਿੱਚੋਂ ਕਿਸ ਤਰ੍ਹਾਂ ਕੱਢਿਆ ਉੱਤਰ ਕੱਜੇ ਧਾਗੇ ਨਾਲ ਅਗਲਾ ਕੁਐਸਚਨ ਜੋਗੀ ਕੀ ਦੇਖ ਕੇ ਜੈ ਜੈਕਾਰ ਕਰਨ ਲੱਗੇ ਉੱਤਰ ਪੂਰਨ ਦਾ ਸੱਤ ਤੇ ਤੇਜ ਦੇਖ ਕੇ ਨੈਕਸਟ ਕੁਐਸਚਨ ਪੂਰਨ ਨੂੰ ਕਿਹੜੀ ਰਾਣੀ ਗੋਰਖਨਾਥ ਕੋਲੋਂ ਲੈ ਗਈ ਉੱਤਰ ਰਾਣੀ ਸੁਂਦਰਾ ਅਗਲਾ ਕੁਐਸਚਨ ਸੁਂਦਰਾ ਨੇ ਪੂਰਨ ਦੀ ਝੋਲੀ ਵਿੱਚ ਕੀ ਪਾਇਆ ਸੀ ਉੱਤਰ ਮੋਤੀਆਂ ਦਾ ਥਾਲ ਅਗਲਾ ਕੁਐਸਚਨ ਪੂਰਨ ਭਗਤ ਦੇ ਠਹਿਰਨ ਨਾਲ ਰਾਜੇ ਦੇ ਸੁੱਕੇ ਬਾਗ ਨੂੰ ਕੀ ਹੋਇਆ ਉੱਤਰ ਬਾਗ ਹਰਾ ਹੋ ਗਿਆ ਨੈਕਸਟ ਕੁਐਸਚਨ ਪੂਰਨ ਦੇ ਵਿਛੋੜੇ ਵਿੱਚ ਰਾਣੀ ਇਛਰਾ ਦੀ ਰੋ ਰੋ ਕੇ ਕੀ ਹਾਲਤ ਹੋ ਗਈ ਸੀ ਉੱਤਰ ਉਹ ਅੰਨੀ ਹੋ ਗਈ ਸੀ ਅਗਲਾ ਕੁਐਸਚਨ ਪੂਰਨ ਭਗਤ ਦੇ ਆਸ਼ੀਰਵਾਦ ਨਾਲ ਰਾਜੇ ਤੇ ਲੂਣਾ ਦੇ ਘਰ ਕਿਸਤਾ ਜਨਮ ਹੋਇਆ ਉੱਤਰ ਰਾਜੇ ਹਰਸਾ ਲੋ ਦਾ ਇਸ ਤਰ੍ਹਾਂ ਬੱਚਿਓ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਦੰਤ ਕਥਾ ਪੂਰਨ ਭਗਤ ਦੇ ਪ੍ਰੇਸ਼ਣ ਉਤਰ ਚੰਗੀ ਤਰ੍ਹਾਂ ਸਮਝ ਲੱਗ ਚੁੱਕੇ ਹੋਣਗੇ ਧੰਨਵਾਦ